ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਸਾਰਿਆਂ ਦਾ? ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ। ਮੇਰਾ ਨਾਮ ਹੈ ਰਵੀ ਅਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ। ਅਤੇ ਬਹੁਤ ਸਾਰੀਆਂ ਗੱਡੀਆਂ ਅਤੇ ਮਸ਼ੀਨਰੀਆਂ ਲੈ ਕੇ ਹਾਜ਼ਰ ਹਾਂ ਜੀ। ਅਤੇ ਵੀਡੀਓ 'ਚ ਬਹੁਤ ਸਾਰੀਆਂ ਮਸ਼ੀਨਰੀਆਂ, ਸਾਰੀ ਜਾਣਕਾਰੀ ਲੈ ਕੇ ਜਾਇਓ ਜੀ, ਸਾਰੀ ਮਸ਼ੀਨਰੀਆਂ ਦੀ। ਅਤੇ ਸਾਰੀ ਵੀਡੀਓ ਦੇਖਿਓ ਜੀ, ਕਿਸੇ ਵੀਰ ਨੇ ਅੱਧ ਵਿਚਾਲੇ 'ਚ ਵੀਡੀਓ ਨਹੀਂ ਛੱਡਣੀ ਜੀ। ਅਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ, ਬਲੇਰੋ ਗੱਡੀ ਹੈ, 2015 ਮਾਡਲ ਹੈ ਅਤੇ 5,80,000 ਡਿਮਾਂਡ ਹੈ ਜੀ। ਅਤੇ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਹੈ ਜੀ, ਸਾਫ਼ ਪਈ ਹੈ ਪੂਰੀ, ਅਤੇ ਰੰਗ ਪੂਰਾ ਓਕੇ ਹੈ ਜੀ, ਵਧੀਆ ਰੰਗ ਪਿਆ ਪੂਰਾ, ਅਤੇ ਕਿਸੇ ਪਾਸਿਓ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਜੀ। ਅਤੇ ਇੰਜਨ ਦੀ ਫੁੱਲ ਗਰੰਟੀ ਹੈ ਅਤੇ ਬੈਟਰੀ ਦੀ ਫੁੱਲ ਗਰੰਟੀ ਹੈ ਜੀ, ਅਤੇ ਏਸੀ ਹੀਟਰ ਚਾਲੂ ਹੈ ਜੀ, ਅਤੇ ਪੂਰੀ ਵਧੀਆ ਕੰਡੀਸ਼ਨ ਦੀ ਗੱਡੀ ਹੈ ਜੀ। ਅਤੇ ਰਾਏਕੋਟ ਇਹਨਾਂ ਦਾ ਏਰੀਆ ਜੀ, ਨਵੇਂ ਟਾਇਰ ਨੇ ਬਿਲਕੁਲ। ਅਤੇ ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ ਜੀ 97819 34566। ਅਤੇ ਆਹ ਇਹਨਾਂ ਦਾ ਨੰਬਰ ਹੈ ਜੀ, ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ ਸਕਰੀਨ ਦੇ ਉੱਤੇ ਦਿੱਤਾ ਹੋਇਆ ਜੀ। ਅਤੇ ਪੂਰੀ ਵਧੀਆ ਕੰਡੀਸ਼ਨ ਦੀ ਗੱਡੀ ਹੈ, PV ਨੰਬਰ ਹੈ ਜੀ ਗੱਡੀ ਦਾ, ਅਤੇ ਰਾਏਕੋਟ ਖੜੀ ਹੈ ਜੀ। ਅਤੇ ਕਿਸੇ ਵੀਰ ਨੇ ਲੈਣੀ ਹੈ ਤਾਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਜੀ, ਰਾਏਕੋਟ ਇਹਨਾਂ ਦੀ ਸਹੀ ਥਾਂ ਪੁੱਛ ਕੇ, ਅਤੇ ਤੁਸੀਂ ਗੱਡੀ ਦੇਖ ਸਕਦੇ ਹੋ, ਟਰਾਈ ਲੈ ਸਕਦੇ ਹੋ। ਅਤੇ ਗੱਡੀ ਪੂਰੀ ਵਧੀਆ ਜੀ, ਅਤੇ ਅੰਦਰੋਂ ਵੀ ਸੀਟ ਕਵਰ ਅਤੇ ਮੈਟ ਪੂਰੇ ਵਧੀਆ ਪਏ ਹੈ, ਅਤੇ ਕਿਸੇ ਵੀ ਨੂੰ ਗੱਡੀ ਚਾਹੀਦੀ ਆ ਤਾਂ ਖਰੀਦ ਸਕਦੇ ਹੋ ਜੀ। ਅਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ, ਤਵੀਆਂ 14 ਦੀਆਂ ਤਵੀਆਂ, 18,000 ਡਿਮਾਂਡ ਹੈ ਜੀ, ਅਤੇ ਮੋਗਾ ਇਹਨਾਂ ਦਾ ਏਰੀਆ, 50% ਤਵਿਆਂ ਦੀ ਕੰਡੀਸ਼ਨ ਪਈ ਹੈ ਜੀ, ਅਤੇ 6,394,44,906 ਇਹਨਾਂ ਦਾ ਨੰਬਰ ਹੈ, ਜਿਹੜੇ ਵੀਰ ਦੀ ਤਵੀਆਂ ਉਹਨਾਂ ਦਾ ਆਹ ਨੰਬਰ ਹੈ ਜੀ। ਅਤੇ ਤਵੀਆਂ ਵੀ ਪੂਰੀ ਵਧੀਆ ਪਈਆਂ ਜੀ, ਅਤੇ ਕੰਡੀਸ਼ਨ ਵੀ ਵਧੀਆ ਪਈ ਹੈ, ਅਤੇ ਕਿਸੇ ਵੀਰ ਨੂੰ ਚਾਹੀਦੀਆਂ ਤਵੀਆਂ ਤਾਂ ਤਵੀਆਂ ਲੈ ਕੇ ਹਾਜ਼ਰ ਹਾਂ ਜੀ। ਅਤੇ ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਦਿੱਤਾ ਹੋਇਆ ਜੀ, ਕਿਸੇ ਵੀਰ ਨੂੰ ਤਵੀਆਂ ਚਾਹੀਦੀਆਂ ਤਾਂ ਇਹਨਾਂ ਨੂੰ ਫੋਨ ਕਰ ਸਕਦੇ ਹੋ, ਅਤੇ ਤਵੀਆਂ ਤੁਸੀਂ ਖਰੀਦ ਸਕਦੇ ਹੋ ਜੀ। ਅਤੇ ਇਸੇ ਤਰ੍ਹਾਂ ਦੀ ਐਡ ਆਪਣੇ ਚੈਨਲ 'ਤੇ ਕਿਸੇ ਵੀਰ ਨੇ ਕਰਾਉਣੀ ਹੈ ਟਰੈਕਟਰ ਮੰਡੀ 'ਤੇ, ਅਤੇ ਕਿਸੇ ਵੀ ਕਿੱਤੇ ਦੀ ਜੀ, ਕਿਸੇ ਮਸ਼ੀਨਰੀ ਦੀ, ਕਿਸੇ ਗੱਡੀ ਦੀ, ਤਾਂ ਮੇਰਾ ਵਟਸਐਪ ਨੰਬਰ ਥੱਲੇ ਚਿੱਟੇ ਜਿਹੇ ਅੱਖਰਾਂ 'ਚ ਵਾਰ ਵਾਰ ਚੱਲ ਰਿਹਾ ਜੀ, ਅਤੇ 7693 ਅਤੇ 29488 ਮੇਰਾ ਵਟਸਐਪ ਨੰਬਰ ਹੈ। ਇਹਦੇ ਉੱਤੇ 5 ਤੋਂ 7 ਫੋਟੋਆਂ ਜਿਹੜੀ ਮਸ਼ੀਨਰੀ ਦੀਆਂ ਖਿੱਚੇ, ਮਤਲਬ ਸੇਲ ਕਰਨੀ ਹੈ ਜਿਹੜੀ ਮਸ਼ੀਨਰੀ, ਉਹਦੀਆਂ ਖਿੱਚ ਕੇ ਚਾਰੇ ਪਾਸਿਓਂ ਜੀ, ਅਤੇ ਬਾਕੀ ਸਾਰੀ ਜਾਣਕਾਰੀ ਦੇ ਨਾਲ ਮੈਨੂੰ ਸੈਂਡ ਕਰ ਦਿਓ। ਜਾਣਕਾਰੀ ਜਿਹੜੀ ਆ ਖੱਟੇ ਜਿਹੇ ਅੱਖਰਾਂ 'ਚ ਸਕਰੀਨ ਦੇ ਉੱਤੇ ਸ਼ੋ ਹੋ ਰਹੀ ਹੈ ਜੀ, ਤੁਹਾਡੀ ਮਸ਼ੀਨਰੀ ਦੀ ਆਹ ਜਾਣਕਾਰੀ ਸੈਂਡ ਕਰ ਦਿਓ ਜੀ, ਅਤੇ ਜਾਣਕਾਰੀ ਦੇ ਵਿੱਚ ਜਿਹੜਾ ਰੇਟ ਹੋਊ ਉਹ ਮਾਰਕੀਟ ਦੇ ਹਿਸਾਬ ਨਾਲ ਲਾਉਣਾ ਜੀ, ਅਤੇ ਵਧਾ ਚੜਾ ਕੇ ਨਹੀਂ ਦੱਸਣਾ ਜੀ, ਅਤੇ ਤੁਹਾਡੀ ਐਡ ਲਗਾ ਦਿਆਂਗੇ ਜੀ, ਅਤੇ ਕੋਈ ਖਰਚਾ ਨਹੀਂ ਜੀ, ਬਿਲਕੁਲ ਫ੍ਰੀ ਦੇ ਵਿੱਚ ਐਡ ਲਗਾਵਾਂਗੇ, ਅਤੇ ਭੇਜ ਦਿਓ ਜੀ ਐਡ, ਅਤੇ ਐਡ ਤੁਹਾਡੀ ਲੱਗ ਜੂਗੀ। ਅਤੇ ਆਪਣੇ ਚੈਨਲ 'ਤੇ ਆਹ ਐਡ ਜੀ, 6 ਤਰੀਕ 10ਵਾਂ ਮਹੀਨਾ ਅਤੇ 2019 ਨੂੰ ਅਪਲੋਡ ਹੋਈ ਹੈ ਜੀ, ਅਤੇ ਇਹ ਤੋਂ 1 ਮਹੀਨੇ ਦੇ ਅੰਦਰ ਹੀ ਫੋਨ ਕੀਤਾ ਜਾਵੇ ਜਿਵੇਂ ਕਿ ਆਪਾਂ ਦੱਸ ਦਿੰਦੇ ਹਾਂ ਜੀ। ਅਤੇ ਹੁਣ ਤੁਸੀਂ ਦੇਖ ਰਹੇ ਹੋ ਜੀ, ਹੈਪੀ ਸੀਡਰ 2018 ਮਾਡਲ ਹੈ, 95,000 ਰੇਟ ਰੱਖਿਆ ਵੀਰ ਨੇ, ਅਤੇ ਮਾਨਸਾ ਇਹਨਾਂ ਦਾ ਏਰੀਆ ਜੀ। ਅਤੇ ਜਿਹੜੇ ਵੀਰ ਦਾ ਹੈਪੀ ਸੀਡਰ ਉਹਨਾਂ ਦਾ ਨੰਬਰ ਜੀ 98787 ਅਤੇ 79791 ਇਹਨਾਂ ਦਾ ਨੰਬਰ ਹੈ, ਅਤੇ 95,000 ਡਿਮਾਂਡ ਹੈ ਜੀ, ਬਾਕੀ ਮੌਕੇ 'ਤੇ ਲੈਸ ਹੋ ਜੂਗਾ।
ਅਤੇ ਫਿਕਸ ਰੇਟ ਨਹੀਂ ਹੁੰਦੇ ਜੀ, ਹਾਂ ਬਸ ਬਸ ਇਕੱਲੀ ਡਿਮਾਂਡ ਹੁੰਦੀ ਹੈ ਵੀਰਾਂ ਦੀ। ਅਤੇ ਆਪਣੇ ਚੈਨਲ 'ਤੇ ਆਹ ਜਿੰਨੀਆਂ ਮਸ਼ੀਨਰੀ ਹੁੰਦੀਆਂ ਆਹ ਲੋਕਲ ਘਰਾਂ ਦੇ ਵਿੱਚ ਹੀ ਖੜੀਆਂ ਹੁੰਦੀਆਂ ਜੀ, ਅਤੇ ਕੋਈ ਡੀਲਰ ਦੀ ਨਹੀਂ ਹੁੰਦੀ, ਅਤੇ ਲੋਕਲ ਘਰੇ ਕਿਸਾਨ ਵੀਰਾਂ ਦੇ ਘਰੇ ਖੜੀਆਂ ਹੁੰਦੀਆਂ, ਅਤੇ ਉਹੀ ਫੋਟੋਆਂ ਖਿੱਚ ਕੇ ਮੈਨੂੰ ਭੇਜ ਦੇ ਜੀ, ਅਤੇ ਮੈਂ ਐਡ ਲਗਾਉਣਾ। ਅਤੇ ਤੁਸੀਂ ਸਿੱਧੀ ਗੱਲ ਕਰ ਸਕਦੇ ਹੋ, ਜਿਹੜੇ ਵੀਰ ਦੀ ਗੱਡੀ ਜਾਂ ਕੋਈ ਮਸ਼ੀਨਰੀ ਹੁੰਦੀ ਹੈ ਤਾਂ ਸਿੱਧਾ ਤੁਸੀਂ ਖਰੀਦ ਸਕਦੇ ਹੋ ਜੀ, ਅਤੇ ਵਿੱਚ ਕੋਈ ਬੰਦਾ ਨਹੀਂ ਪੈਂਦਾ ਜੀ ਇਹਦੇ, ਤੁਸੀਂ ਸਿੱਧੀ ਗੱਲ ਕਰਨੀ ਉਹਨਾਂ ਨਾਲ ਅਤੇ ਸਿੱਧੀ ਖਰੀਦਣੀ ਹੈ ਜੀ। ਅਤੇ ਹੁਣ ਤੁਸੀਂ ਦੇਖ ਰਹੇ ਹੋ ਜੀ ਸਵਿਫਟ ਗੱਡੀ, ਸਵਿਫਟ ਹੈ ਜੀ ਡਿਜ਼ਾਇਰ, ਅਤੇ 2015 ਮਾਡਲ ਹੈ, ਅਤੇ ਰੇਟ ਵੀਰ ਨੇ ਫੋਨ 'ਤੇ ਆਖਿਆ, ਕਹਿੰਦੇ ਫੋਨ 'ਤੇ ਦੱਸ ਦਾਂਗੇ ਜੀ, ਬਾਕੀ ਮੌਕੇ 'ਤੇ ਹੋ ਜੂਗਾ। ਅਤੇ ਜਲੰਧਰ ਇਹਨਾਂ ਦਾ ਏਰੀਆ, 70% ਟਾਇਰਾਂ ਦੀ ਕੰਡੀਸ਼ਨ ਪਈ ਹੈ, 82 830 94 004 ਇਹਨਾਂ ਦਾ ਨੰਬਰ ਹੈ, ਅਤੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਹੈ ਜੀ, ਲਾਏ ਵੀਲ ਪਾਏ ਹੋਏ ਹੈ। ਅਤੇ ਕਿਸੇ ਵੀ ਨੇ ਗੱਡੀ ਚਾਹੀਦੀ ਹੈ ਡਿਜ਼ਾਇਰ ਤਾਂ ਲੈ ਕੇ ਹਾਜ਼ਰ ਹਾਂ ਜੀ, ਅਤੇ ਸਾਰੀ ਗੱਡੀ ਦੀ ਫੁੱਲ ਗਰੰਟੀ ਹੈ ਜੀ ਕਿਸਾਨ ਵੀਰ ਵੱਲੋਂ, ਅਤੇ ਕਾਗਜ਼ ਪੱਤਰ ਪੂਰੇ ਹੈ ਜੀ, ਅਤੇ ਇੰਜਨ ਦੀ ਫੁੱਲ ਗਰੰਟੀ ਹੈ, ਏਸੀ ਹੀਟਰ ਚੱਲਦੇ ਹੈ ਜੀ, ਬੈਂਟਰੀ ਦੀ ਫੁੱਲ ਗਰੰਟੀ ਹੈ ਜੀ, ਅਤੇ ਕਿਸੇ ਪਾਸਿਓਂ ਕੋਈ ਦਿੱਕਤ ਨਹੀਂ। ਜੇ ਅੰਦਰੋਂ ਗੱਲ ਕਰੀਏ ਸੀਟ ਕਵਰ ਪੂਰੇ ਵਧੀਆ ਪਏ ਹੈ, ਅਤੇ ਮੈਟ ਵੀ ਪੂਰੇ ਵਧੀਆ ਪਏ ਹੈ ਜੀ, ਅਤੇ ਬਹੁਤ ਹੀ ਸੋਹਣੀ ਗੱਡੀ ਹੈ ਜੀ, ਅਤੇ ਪੈਂਟ ਵੀ ਵਧੀਆ ਹੈ ਜੀ, ਅਤੇ ਬਾਅਦ 'ਚ ਕੋਈ ਰੰਗ ਪੈਂਟ ਨਹੀਂ ਹੋਈ ਜੀ, ਓਰਿਜਿਨਲ ਗੱਡੀ ਹੈ। ਅਤੇ ਕਿਸੇ ਵੀਰ ਨੂੰ ਚਾਹੀਦੀ ਹੈ ਤਾਂ ਇਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ, ਫੋਨ ਕਰਕੇ ਤੁਸੀਂ ਜਾ ਸਕਦੇ ਹੋ ਅਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ। ਅਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ XUV 500, 2017 ਮਾਡਲ ਹੈ, 800 ਘੰਟਾ ਚੱਲੀ ਹੈ ਜੀ, ਮਤਲਬ 800 ਕਿਲੋਮੀਟਰ ਚੱਲੀ ਹੈ, ਅਤੇ ਰੇਟ ਵੀਰ ਨੇ ਇਹਨਾਂ ਨੇ ਵੀ ਫੋਨ 'ਤੇ ਆਖਿਆ, ਅਤੇ ਬਾਕੀ ਕਹਿੰਦੇ ਮੌਕੇ 'ਤੇ ਹੋ ਜੂਗਾ ਜੀ। ਅਤੇ ਜਲੰਧਰ ਇਹਨਾਂ ਦਾ ਏਰੀਆ ਜੀ, 90% ਟਾਇਰਾਂ ਦੀ ਕੰਡੀਸ਼ਨ ਪਈ ਹੈ, ਬਿਲਕੁਲ ਨਵੇਂ ਪਏ ਹੈ, ਅਤੇ 98 143 60 081 ਇਹਨਾਂ ਦਾ ਨੰਬਰ ਹੈ, ਅਤੇ ਜਲੰਧਰ ਇਹਨਾਂ ਦਾ ਏਰੀਆ ਜੀ, ਅਤੇ ਗੱਡੀ ਪੂਰੀ ਸਾਫ਼ ਪਈ ਹੈ ਜੀ, ਆ ਵੀ XUV 500, ਅਤੇ ਕੰਡੀਸ਼ਨ ਪੂਰੀ ਓਕੇ ਹੈ ਜੀ, ਕਾਗਜ਼ ਪੱਤਰ ਪੂਰੇ ਹੈ, ਅਤੇ ਬਾਕੀ ਫੋਟੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਸਾਫ਼ ਗੱਡੀ ਪਈ ਹੈ ਜੀ, ਬਹੁਤ ਹੀ ਸਾਫ਼ ਅਤੇ ਸੋਹਣੀ ਗੱਡੀ ਹੈ ਜੀ, ਕਾਗਜ਼ ਪੱਤਰ ਓਕੇ ਹੈ, ਇੰਜਨ ਦੀ ਫੁੱਲ ਗਰੰਟੀ ਹੈ, ਬੈਂਟਰੀ ਦੀ ਫੁੱਲ ਗਰੰਟੀ ਹੈ ਜੀ। ਅਤੇ ਕਿਸੇ ਵੀ ਨੇ ਗੱਡੀ ਖਰੀਦਣੀ ਹੈ ਤਾਂ ਲੈ ਕੇ ਹਾਜ਼ਰ ਹਾਂ ਜੀ XUV, ਅਤੇ ਰੇਟ ਹੈ ਜਿਹੜਾ ਉਹ ਫੋਨ 'ਤੇ ਪੁੱਛ ਸਕਦੇ ਹੋ ਤੁਸੀਂ, ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਦਿੱਤਾ ਹੋਇਆ ਜੀ। ਜਲੰਧਰ ਇਹਨਾਂ ਦਾ ਏਰੀਆ, 2017 ਮਾਡਲ ਹੈ ਜੀ, ਅਤੇ ਆਪਣੇ ਚੈਨਲ ਨੂੰ ਸਪੋਰਟ ਰੱਖਿਆ ਕਰੋ ਜੀ, ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ, ਥੱਲੇ ਇੱਕ ਲਾਲ ਜਿਹੇ ਰੰਗ ਦਾ ਬਟਨ ਹੋਊਗਾ ਸਬਸਕ੍ਰਾਈਬ ਵਾਲਾ, ਉਹਨੂੰ ਦੱਬ ਦਿਓ, ਅਤੇ ਉਹਨੂੰ ਦੱਬਣ ਸਾਰ ਹੀ ਘੰਟੀ ਦਾ ਬਟਨ ਹੋਊਗਾ ਜੀ, ਉਹਨੂੰ ਵੀ ਦਬਾ ਦਿਓ, ਅਤੇ ਇਹਨਾਂ ਦਾ ਫਾਇਦਾ ਇਹ ਹੋਊਗਾ ਜੀ, ਜਦੋਂ ਕੋਈ ਨਵੀਂ ਵੀਡੀਓ ਪਾਊਂਗਾ ਮੈਂ ਤਾਂ ਉਹਦਾ ਜਿਹੜਾ ਮੈਸੇਜ ਆ ਉਹ ਤੁਰਤ ਫਿਰ ਤੁਹਾਡੇ ਮੋਬਾਈਲ 'ਤੇ ਚਲਿਆ ਜਾਊਗਾ ਜੀ, ਅਤੇ ਤੁਸੀਂ ਬਿਨਾਂ ਟਾਈਮ ਟਪਾਈ ਵੀਡੀਓ ਨੂੰ ਦੇਖ ਸਕੋਗੇ ਜੀ। ਅਤੇ ਕਈ ਵਾਰੀ ਤੁਹਾਨੂੰ ਉਹੀ ਮਸ਼ੀਨਰੀ ਮਿਲ ਜਾਂਦੀ ਹੈ ਜੀ ਜਿਹੜੀ ਤੁਸੀਂ ਲੱਭਦੇ ਫਿਰਦੇ ਹੁੰਦੇ ਹੋ, ਅਤੇ ਤਾਂ ਕਰਕੇ ਕਹਿੰਦਾ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਅਤੇ ਆਪਣੇ ਚੈਨਲ 'ਤੇ ਇੱਦਾਂ ਦੀ ਵੀਡੀਓ ਹਰ ਰੋਜ਼ ਆਉਂਦੀ ਹੈ ਜੀ, ਅਤੇ ਹਰ ਰੋਜ਼
ਨਵੀਆਂ ਨਵੀਆਂ ਮਸ਼ੀਨਰੀਆਂ ਲੈ ਕੇ ਹਾਜ਼ਰ ਹੁੰਦੇ ਹਾਂ ਜੀ, ਅਤੇ ਵੱਖ ਵੱਖ ਤਰ੍ਹਾਂ ਦੀਆਂ ਮਸ਼ੀਨਰੀਆਂ ਹੁੰਦੀਆਂ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ, ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ, ਅਤੇ ਵੱਧ ਤੋਂ ਵੱਧ ਪਿਆਰ ਬਣਾ ਕੇ ਰੱਖਿਆ ਕਰੋ। ਤੁਹਾਡੇ ਕਰਕੇ ਚੱਲਦਾ ਜੀ ਚੈਨਲ ਆਪਣਾ। ਅਤੇ ਹੁਣ ਤੁਸੀਂ ਦੇਖ ਰਹੇ ਹੋ ਜੀ, ਟਰਾਲੀ 11,600 ਦੀ ਟਰਾਲੀ ਹੈ, 72,000 ਰੇਟ ਹੈ ਜੀ। ਸੰਗਰੂਰ ਇਹਨਾਂ ਦਾ ਏਰੀਆ, 40% ਟਾਇਰਾਂ ਦੀ ਕੰਡੀਸ਼ਨ ਹੈ ਜੀ। ਅਤੇ ਜਿਹੜੇ ਵੀਰ ਦੀ ਟਰਾਲੀ ਹੈ ਉਹਨਾਂ ਦਾ ਨੰਬਰ ਹੈ ਜੀ 84371-75319, ਇਹਨਾਂ ਦਾ ਨੰਬਰ ਹੈ। ਅਤੇ ਜੈਕ ਵਾਲੀ ਟਰਾਲੀ ਹੈ ਜੀ, ਅਤੇ ਕਿਸੇ ਵੀਰ ਨੂੰ ਚਾਹੀਦੀ ਹੈ ਟਰਾਲੀ ਤਾਂ ਲੈ ਕੇ ਹਾਜ਼ਰਾਂ ਜੀ। 11,600 ਦੀ ਟਰਾਲੀ ਹੈ, 72,000 ਡਿਮਾਂਡ ਹੈ ਜੀ, ਬਾਕੀ ਲੈਸ ਹੋ ਜੂਗਾ ਮੌਕੇ 'ਤੇ। ਅਤੇ ਅੱਜ ਲਈ ਇੰਨੀ ਜੀ, ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਅਤੇ ਸਬਸਕ੍ਰਾਈਬ ਕਰੇ ਬਿਨਾਂ ਕਿਤੇ ਨਹੀਂ ਜਾਣਾ। ਅਤੇ ਵੀਡੀਓ ਨੂੰ ਲਾਈਕ ਕਰ ਦਿਉ, ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਕਿਵੇਂ ਦੀ ਲੱਗਦੀ ਹੈ। ਅਤੇ ਆਪਣੇ ਚੈਨਲ 'ਤੇ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਆਉਂਦੀਆਂ, ਹਰ ਰੋਜ਼ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਮਾਰ ਦਿਉ ਜੀ। ਅਤੇ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ 'ਚ, ਤਬ ਲਈ ਚੈਨਲ ਨਾਲ ਜੁੜੇ ਰਹੋ, ਖੁਸ਼ ਰਹੋ।